ਸਤਿ ਸ਼੍ਰੀ ਅਕਾਲ ਦੋਸਤੋ ਬਹੁਤ ਨਿੱਕੀ ਜਿਹੀ ਕਹਾਣੀਆਂ ਬਸ ਇੱਕ ਜ਼ਿੰਦਗੀ ਦੀ ਸਚਾਈ ਪੇਸ਼ ਕਰਨ ਦੇ ਲਈ ਤੁਹਾਨੂੰ ਮੈਂ ਸੁਣਾ ਰਿਹਾ ਹਾਂ ਜਰੂਰ ਐਂਡ ਤੱਕ ਸੁਣਿਓ ਇੱਕ ਦਰਖਤ ਦੀ ਗੱਲ ਆ ਜੀ ਦਰਖਤ ਬਹੁਤ ਸੰਘਣਾ ਹੋ ਜਾਂਦਾ ਪੱਤੇ ਪੂਰੇ ਉੱਤੇ ਭਰ ਜਾਂਦੇ ਨੇ ਛਾਂ ਬਹੁਤ ਵਧੀਆ ਰੁਕਦੀ ਹੋ ਜਾਂਦੀ ਆ ਜਿੰਨੇ ਵੀ ਆਣ ਜਾਣ ਵਾਲੇ ਲੋਕ ਹੁੰਦੇ ਨੇ ਜਿੰਨੇ ਮੁਸਾਫਿਰ ਹੁੰਦੇ ਨੇ ਹਮੇਸ਼ਾ ਉਹ ਰੁੱਖ ਦੇ ਥੱਲੇ ਆ ਕੇ ਬੈਹਦੇ ਨੇ ਉਹਦੀ ਛਾਂ ਦਾ ਆਨੰਦ ਮਾਣਦੇ ਨੇ ਉੱਥੇ ਆਰਾਮ ਕਰਦੇ ਨੇ ਉੱਥੇ ਗੱਲਾਂ ਬਾਤਾਂ ਕਰਦੇ ਨੇ ਖਾਂਦੇ ਪੀਂਦੇ ਨੇ ਤੇ ਦਰਖਤ ਨੂੰ ਬਹੁਤ ਚੰਗਾ ਲੱਗਦਾ ਵੀ ਲੋਕ ਆ ਕੇ ਇੱਥੇ ਬੈਠਦੇ ਨੇ ਤੇ ਮੈਂ ਉਹਨਾਂ ਦਾ ਕੁਝ ਭਲਾ ਕਰ پا ਰਿਹਾ ਚਲੋ ਜੀ ਪੱਤ ਝੜ ਦਾ ਮੌਸਮ ਆ ਜਾਂਦਾ ਤੇ ਪੱਤ ਝੜ ਦੇ ਮੌਸਮ ਦੇ ਵਿੱਚ ਸਾਰੇ ਪੱਤੇ ਉਸ ਦਰਖਤ ਦੇ ਝੜ ਜਾਂਦੇ ਨੇ ਤੇ ਮੁੜ ਕੇ ਦੀ ਕੀ ਹੋਣਾ ਛਾਂ ਫਿਰ ਕੁਦਰਤੀ ਗੱਲ ਆ ਪੱਤੇ ਝੜ ਗਏ ਹੁਣ ਛਾਂ ਦਰਖਤ ਨੇ ਕਿੱਦਾਂ ਦੇਣੀ ਆ ਜਦੋਂ ਪੱਤੇ ਝੜ ਜਾਂਦੇ ਆ ਛਾਂ ਗਾਇਬ ਹੋ ਜਾਂਦੀ ਆ ਲੋਕਾਂ ਦਾ ਉੱਥੇ ਆਉਣਾ ਜਾਣਾ ਲੋਕਾਂ ਦਾ ਉੱਥੇ ਬੈਠਣਾ ਵੀ ਬੰਦ ਹੋ ਜਾਂਦਾ ਦਰਖਤ ਉਦੋਂ ਇੱਕ ਗੱਲ ਸੋਚਦਾ ਵੀ ਜਦੋਂ ਮੇਰੀ ਛਾਂ ਸੰਘਣੀ ਹੁੰਦੀ ਸੀ ਉਦੋਂ ਸਾਰੇ ਆ ਕੇ ਇੱਥੇ ਬੈਠਦੇ ਸੀ ਹੁਣ ਛਾਂ ਮੈਨੂੰ ਮੈਂ ਛਾਂ ਨਹੀਂ ਦੇ ਪਾ ਰਿਹਾ ਤੇ ਮੈਨੂੰ ਕੋਈ ਪੁੱਛਦਾ ਵੀ ਨਹੀਂ ਆ ਕੇ ਕੋਈ ਬੈਠਦਾ ਹੀ ਨਹੀਂ ਮੇਰੇ ਥੱਲੇ ਆ ਕੇ ਇੱਕ ਗੱਲ ਸਿੱਖ ਲੈਂਦਾ ਵੀ ਇਹ ਜਿਹੜੀ ਦੁਨੀਆ ਵਾ ਨਾ ਇਹ ਬਹੁਤ ਮਤਲਬੀ ਆ ਇਹ ਤੁਹਾਡੇ ਸੁੱਖਾਂ ਦੇ ਵਿੱਚ ਆ ਕੇ ਸਿਰਫ ਖੜੂਗੀ ਤੁਹਾਡੇ ਨਾਲ ਤੁਹਾਡੇ ਦੁੱਖਾਂ ਦੇ ਵਿੱਚ ਆ ਕੇ ਕਿਸੇ ਨੇ ਤੁਹਾਡੇ ਨਾਲ ਨਹੀਂ ਖੜਨਾ ਇੱਕ ਸਬਕ ਉਹਨੂੰ ਮਿਲਦਾ ਕਿ ਦੁੱਖਾਂ ਦਾ ਜਿਹੜਾ ਹਾਲ ਆ ਤੁਹਾਨੂੰ ਇਕੱਲਿਆਂ ਨੂੰ ਕਰਨਾ ਪੈਣਾ ਕਿਸੇ ਨੇ ਆ ਕੇ ਤੁਹਾਡੀ ਬਾਤ ਨਹੀਂ ਪੁੱਛਣੀ ਚਲੋ ਜੀ ਇੱਕ ਹੋਰ ਅੱਗੇ ਜੋੜ ਲੈਂਦੇ ਆ ਕਹਾਣੀ ਨੂੰ ਥੋੜੀ ਦੇਰ ਬਾਅਦ ਫੇਰ ਉਸ ਰੁੱਖ ਤੇ ਪੱਤੇ ਆਉਂਦੇ ਨੇ ਤੇ ਪੱਤਿਆਂ ਦੇ ਨਾਲ ਫਲ ਵੀ ਆਉਂਦੇ ਪੂਰਾ ਬਹਾਰ ਦਾ ਮੌਸਮ ਆ ਜੀ ਤੇ ਫੇਰ ਦੁਬਾਰਾ ਰੌਣਕਾਂ ਲੱਗ ਜਾਂਦੀਆਂ ਨੇ ਉਸ ਦਰਖਤ ਦੇ ਥੱਲੇ ਹੁਣ ਇਸ ਵਾਰੀ ਫਲ ਵੀ ਲੱਗੇ ਸੀ ਉਸ ਦਰਖਤ ਨੂੰ ਮੈਂ ਜਸਟ ਤੁਹਾਨੂੰ ਇੱਕ ਉਦਾਹਰਣ ਦੇਣ ਦੇ ਲਈ ਸਮਝਾ ਰਿਹਾ ਕੋਈ ਵੀ ਰੁੱਖ ਹੋ ਸਕਦਾ ਕਿਸੇ ਵੀ ਫਲ ਦਾ ਉਹ ਰੁੱਖ ਹੋ ਸਕਦਾ ਜਦੋਂ ਫਲ ਲੱਗਦੇ ਨੇ ਲੋਕੀ ਉੱਥੇ ਥੱਲੇ ਬੈਠਦੇ ਵੀ ਨੇ ਤੇ ਬੱਟੇ ਮਾਰ ਕੇ ਛੋਟੀਆਂ ਮਾਰ ਕੇ ਫਲ ਵੀ ਤੋੜਦੇ ਨੇ ਜਦੋਂ ਐਦਾਂ ਹੁੰਦਾ ਤਾਂ ਦਰਖਤ ਇੱਕ ਹੋਰ ਸਬਕ ਲੈਂਦਾ ਵਾ ਕਿ ਲੋਕ ਜਿੰਨੇ ਉਹ ਕਹਿੰਦਾ ਵੀ ਸੋਚਿਆ ਸੀ ਉਸ ਤੋਂ ਵੀ ਕਿਤੇ ਜ਼ਿਆਦਾ ਮਤਲਬ ਹੀ ਨਹੀਂ ਦੁੱਖਾਂ ਦੇ ਵਿੱਚ ਇੱਥੇ ਆ ਕੇ ਕੋਈ ਨਹੀਂ ਖੜਿਆ ਪਰ ਇੱਕ ਸੁਖੀ ਬੰਦੇ ਨੂੰ ਉਹ ਸੁਖੀ ਦੇਖ ਵੀ ਨਹੀਂ ਸਕਦੇ ਆਪਣਾ ਸੁੱਖ ਜ਼ਿਆਦਾ ਕਰਨ ਦੇ ਲਈ ਆਪਣੇ ਸੁੱਖ ਦੇ ਲਈ ਉਹ ਤੁਹਾਨੂੰ ਨੁਕਸਾਨ ਵੀ ਪਹੁੰਚਾ ਸਕਦੇ ਨੇ ਤੁਹਾਡੇ ਸੂਟੀਆਂ ਵੀ ਮਾਰ ਸਕਦੇ ਆ ਤੁਹਾਡੇ ਬੱਟੇ ਵੀ ਮਾਰ ਸਕਦੇ ਆ ਸੋ ਦੋਸਤੋ ਇਹ ਜਿਹੜੀ ਕਹਾਣੀ ਆਪਣੇ ਜ਼ਿੰਦਗੀ ਦੇ ਨਾਲ ਵੀ ਜੁੜੀ ਹੋਈ ਆ ਜੋ ਦਰਖਤ ਦੇ ਨਾਲ ਹੁੰਦਾ ਉਹੀ ਆਪਣੇ ਨਾਲ ਵੀ ਹੁੰਦਾ ਵਾ ਕਿ ਹਮੇਸ਼ਾ ਲੋਕ ਆ ਕੇ ਤੁਹਾਡੇ ਸੁੱਖਾਂ ਦੇ ਵਿੱਚ ਖੜ ਜਾਂਦੇ ਨੇ ਦੁੱਖਾਂ ਦੇ ਵਿੱਚ ਸਾਰੇ ਉੱਪਰੋਂ ਉੱਪਰੋਂ ਤੁਹਾਡੇ ਹੁੰਦੇ ਨੇ ਕੋਈ ਅੰਦਰੋਂ ਤੁਹਾਡੇ ਨਾਲ ਨਹੀਂ ਹੁੰਦਾ ਤੇ ਕੋਈ ਵੀ ਆ ਕੇ ਤੁਹਾਡੀ ਮੁਸੀਬਤ ਦੀ ਘੜੀ ਦੇ ਵਿੱਚ ਨਹੀਂ ਖੜਦਾ ਇਹ ਜ਼ਿੰਦਗੀ ਦੀ ਸੱਚਾਈ ਆ ਤੇ ਜਿਹੜੀ ਦੂਜੀ ਗੱਲ ਕਿ ਆਪਣੇ ਸੁੱਖਾਂ ਦੀ ਪ੍ਰਾਪਤੀ ਦੇ ਲਈ ਦੂਜੇ ਸੁਖੀ ਬੰਦੇ ਨੂੰ ਲੋਕ ਕਦੇ ਵੀ ਦੁਖੀ ਕਰ ਸਕਦੇ ਆ ਸੋ ਇਹਦੇ ਵਿੱਚ ਕੋਈ ਵੀ ਦੋਰ ਆਏ ਨਹੀਂ ਬਹੁਤ ਬਹੁਤ ਧੰਨਵਾਦ ਜੀ ਅਗਲੀ ਕਹਾਣੀ ਦੇ ਵਿੱਚ ਕਿਸੇ ਹੋਰ ਨਵੀਂ ਮੋਟੀਵੇਸ਼ਨ ਨਵੇਂ ਕੋਈ ਹੋਰ ਸਿੱਖਿਆ ਦੇ ਨਾਲ ਤੁਹਾਨੂੰ ਮੈਂ ਜਲਦੀ ਮਿਲਦਾ ਹਾਂ ਜੀ